ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਸਵਾਗਤ ਹੈ ਅੱਜ ਦੀ ਗੱਲਬਾਤ ਦੇ ਵਿੱਚ। ਦੋਸਤੋ, ਕਿਸੇ ਨੇ ਸੱਚ ਹੀ ਕਿਹਾ, ਬਰਕਤ ਹੁੰਦੀ ਨੇਕ ਕਮਾਈ ਦੀ, ਜਿਸ ਧਰਤੀ ਦਾ ਖਾਈਏ ਉਹਨੂੰ ਅੱਗ ਨਹੀਂ ਲਾਈ ਦੀ। ਅੱਜ ਝੋਨੇ ਦੀ ਜੋ ਕਟਾਈ ਦਾ ਸੀਜ਼ਨ ਹੈ, ਪੂਰੇ ਜ਼ੋਰਾਂ 'ਤੇ ਚੱਲ ਰਿਹਾ। ਕਿਸਾਨਾਂ ਵੱਲੋਂ ਆਪਣੀ ਜੋ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਹੈ, ਉਹਨੂੰ ਹੁਣ ਕੱਟ ਕੇ ਮੰਡੀਆਂ ਵਿੱਚ ਪਹੁੰਚਾਇਆ ਜਾ ਰਿਹਾ ਹੈ। ਮੰਡੀਆਂ ਦੇ ਵਿੱਚ ਸਰਕਾਰੀ ਤੰਤਰ ਵੱਲੋਂ ਉਸ ਫਸਲ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਅਸੀਂ ਜੋ ਦੇਖਦੇ ਹਾਂ, ਜੋ ਹਰ ਵਾਰ ਦੀ ਤਰ੍ਹਾਂ ਜੋ ਸਾਡਾ ਇੱਕ ਰਵਾਇਤ ਆਪਾਂ ਬਣਾ ਲਈ ਆ ਕਿ ਜੋ ਝੋਨੇ ਦੀ ਰਹਿੰਦ ਖੂੰਹਦ ਆ, ਜਿਹਨੂੰ ਪਰਾਲੀ ਕਹਿ ਦਿੰਦੇ ਹਾਂ, ਉਹ ਪਰਾਲੀ ਨੂੰ ਆਪਾਂ ਖਤਮ ਕਰਨ ਵਾਸਤੇ ਪਰਾਲੀ ਨੂੰ ਅੱਗ ਲਾ ਦਿੰਦੇ ਹਾਂ। ਅਤੇ ਬੜਾ ਸੌਖਾ ਤਰੀਕਾ ਆਪਣੇ ਵਾਸਤੇ ਕਿ ਆਪਾਂ ਇੱਕ ਅੱਗ ਲਾਈ ਅਤੇ ਸਾਰਾ ਖੇਤ ਸੜ ਕੇ ਸਵਾਹ, ਅਤੇ ਸਾਡਾ ਕੰਮ ਸੌਖਿਆਂ ਹੋ ਜਾਂਦਾ। ਸੋ ਦੋਸਤੋ, ਇਹ ਬੜੀ ਮਾੜੀ ਪ੍ਰਥਾ ਹੈਗੀ ਹੈ ਜਿਹਨੂੰ ਅੱਜ ਖਤਮ ਕਰਨ ਦੀ ਲੋੜ ਆ। ਇਸ ਬਾਰੇ ਸਾਡੇ ਵਾਤਾਵਰਨ ਪ੍ਰੇਮੀ, ਸਾਡੇ ਲੋਕ ਬੜੇ ਚਿੰਤਤ ਨੇ, ਸਰਕਾਰਾਂ ਬੜੀਆਂ ਚਿੰਤਤ ਨੇ, ਪਰ ਕਿਤੇ ਨਾ ਕਿਤੇ ਇਹ ਸਾਡੇ ਵਿੱਚ ਇਹ ਕਮੀ ਆ ਕਿ ਆਪਾਂ ਆਪਣਾ ਕੰਮ ਸੌਖਾ ਕਰਨ ਵਾਸਤੇ ਸਾਡੀ ਜੋ ਧਰਤੀ ਮਾਂ ਵਾ, ਜਿਹੜੀ ਇਸ ਆਪਣੀ ਉਪਜਾਊ ਸ਼ਕਤੀ ਦੇ ਨਾਲ ਸਾਨੂੰ ਆਪਣੀ ਹਿੱਕ ਦੇ ਉੱਤੇ ਇੰਨੀਆਂ ਫਸਲਾਂ ਪੈਦਾ ਕਰਕੇ ਦਿੰਦੀ ਆ, ਅਤੇ ਉਹ ਫਸਲਾਂ ਦੇ ਸਿਰ 'ਤੇ ਸਾਡਾ ਸਭ ਤੋਂ ਵੱਡੀ ਗੱਲ, ਸਾਡੇ ਆਰਥਿਕਤਾ ਟਿਕੀ ਹੋਈ ਆ, ਆਰਥਿਕਤਾ ਖੇਤੀਬਾੜੀ 'ਤੇ ਟਿਕੀ ਹੋਈ ਆ ਪੰਜਾਬ ਦੀ। ਇਸ ਤੋਂ ਇਲਾਵਾ ਦੇਖੋ, ਲੱਖਾਂ ਕਰੋੜਾਂ ਅਰਬਾਂ ਲੋਕ ਨੇ ਜੋ ਇਸ ਧਰਤੀ ਦੇ ਵਿੱਚ ਪੈਦਾ ਹੋਇਆ ਅਨਾਜ ਖਾ ਕੇ ਆਪਣਾ ਜੀਵਨ ਬਸਰ ਕਰਦੇ ਨੇ। ਸੋ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇੱਕ ਪਹਿਲਕਦਮੀ ਕੀਤੀ ਗਈ ਹੈ ਕਿ ਇਹ ਜੋ ਪਰਾਲੀ ਲਾਉਣ ਦੀਆਂ ਘਟਨਾਵਾਂ ਨੇ, ਇਹਨੂੰ ਰੋਕਣ ਵਾਸਤੇ ਵੈਸੇ ਤਾਂ ਪ੍ਰਚਾਰ ਬੜਾ ਕੀਤਾ ਜਾ ਰਿਹਾ, ਅਸੀਂ ਜਾਗਰੂਕ ਵੀ ਬਣੇ ਹਾਂ। ਸਾਨੂੰ ਸਾਰਿਆਂ ਨੂੰ ਪਤਾ ਕਿ ਇਹ ਪਰਾਲੀ ਲਾਉਣ ਦਾ ਜਿਹੜੀ ਰਵਾਇਤ ਆ, ਇਹ ਬਿਲਕੁਲ ਗਲਤ ਆ। ਇਹਦੇ ਨਾਲ ਜਿੱਥੇ ਸਾਡੀ ਜੋ ਧਰਤੀ ਆ, ਉਪਜਾਊ ਸ਼ਕਤੀ ਆ, ਉਹਦਾ ਜੈਵਿਕ ਮਾਦਾ ਨਸ਼ਟ ਹੁੰਦਾ, ਜ਼ਮੀਨ ਦੀ ਸਿਹਤ ਖਰਾਬ ਹੁੰਦੀ ਹੈ, ਉੱਥੇ ਜਦੋਂ ਆਪਾਂ ਇਹਨੂੰ ਅੱਗ ਲਾ ਦਿੰਦੇ ਹਾਂ ਪਰਾਲੀ ਨੂੰ, ਤਾਂ ਉਹਦੇ ਨਾਲ ਜੋ ਧੂੰਆਂ ਪੈਦਾ ਹੁੰਦਾ, ਉਹਦੇ ਨਾਲ ਜੋ ਮਨੁੱਖ ਨੇ ਜਾਂ ਪਸ਼ੂ ਨੇ, ਉਹਨਾਂ ਦੀ ਜਿਹੜੀ ਬਿਮਾਰੀ ਦੀ ਦਰ ਆ, ਉਹ ਕਾਫੀ ਵੱਧ ਜਾਂਦੀ ਆ। ਬਹੁਤ ਜ਼ਿਆਦਾ ਬਿਮਾਰੀਆਂ ਪੈਦਾ ਹੁੰਦੀਆਂ ਨੇ, ਖਾਸ ਕਰਕੇ ਜਿਹੜੇ ਲੋਕ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਨੇ, ਜਾਂ ਜਿਵੇਂ ਆਪਾਂ ਕਹਿ ਦਿੰਦੇ ਹਾਂ ਹੁਣ ਕੋਵਿਡ-19 ਦਾ ਦੌਰ ਚੱਲ ਰਿਹਾ, ਅਜਿਹੇ ਦੌਰ ਦੇ ਵਿੱਚ ਜਿਹੜੀ ਸਾਹ ਦੀ ਪ੍ਰੋਬਲਮ ਆ, ਉਹ ਸਭ ਤੋਂ ਜ਼ਿਆਦਾ ਗੰਭੀਰ ਹੋ ਕੇ ਸਾਡੇ ਸਾਹਮਣੇ ਆਉਂਦੀ ਹੈ। ਇਸ ਤੋਂ ਇਲਾਵਾ ਜ਼ਮੀਨ ਅੰਦਰਲੇ ਜਿਹੜੇ ਕੁਦਰਤੀ ਤੱਤ ਨੇ, ਜਾਂ ਦਰੱਖਤਾਂ, ਮਿੱਤਰ ਕੀੜਿਆਂ ਦਾ ਵੀ ਇਹਦੇ ਨਾਲ ਖਾਤਮਾ ਹੋ ਜਾਂਦਾ। ਤੁਸੀਂ ਆਪਾਂ ਆਮ ਤੌਰ 'ਤੇ ਦੇਖਦੇ ਹਾਂ ਵੀ ਜਦੋਂ ਖੇਤਾਂ ਦੇ ਵਿੱਚ ਅੱਗ ਲਾਈ ਹੁੰਦੀ ਆ, ਅਤੇ ਉਹਦੇ ਆਲੇ ਦੁਆਲੇ ਜੋ ਦਰੱਖਤ ਲੱਗੇ ਹੁੰਦੇ ਨਾ, ਆਮ ਤੌਰ 'ਤੇ ਸਫੈਦੇ ਜਾਂ ਕੋਈ ਹੋਰ ਦਰੱਖਤ ਲੱਗੇ ਹੁੰਦੇ ਆ, ਉਹ ਸਾਰੇ ਮੁਰਝਾ ਜਾਂਦੇ ਆ, ਪੱਤੇ ਸੜ ਜਾਂਦੇ ਨੇ, ਅਤੇ ਉਹਨਾਂ ਨੂੰ ਆਪਣੀ ਦੁਬਾਰਾ ਉਹੀ ਸ਼ੇਪ ਦੇ ਆਉਣ ਵਿੱਚ ਕਾਫੀ ਟਾਈਮ ਲੱਗ ਜਾਂਦਾ, ਅਤੇ ਉਹਦੇ ਨਾਲ ਦਰੱਖਤ ਬਹੁਤ ਕਮਜ਼ੋਰ ਹੋ ਜਾਂਦੇ, ਉਹਦੇ ਫਲ ਫਰੂਟ ਜਿਹੜੇ ਹੁੰਦੇ ਨੇ ਉਹ ਕੌੜੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਜਿਹੜਾ ਸਭ ਤੋਂ ਜ਼ਿਆਦਾ ਕੋਮਨ ਕੌਜ਼ ਆ, ਉਹ ਹੈ ਕਿ ਸਾਡੇ ਜਿਹੜੀ ਹਵਾ ਵਾ, ਹਵਾ ਪ੍ਰਦੂਸ਼ਣ, ਹਵਾ ਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਪ੍ਰਦੂਸ਼ਣ ਆ ਜਾਂਦਾ। ਤੁਸੀਂ ਤਾਂ ਆਪਣਾ ਏਅਰ ਕੁਆਲਿਟੀ ਜਿਹੜਾ ਇੰਡੈਕਸ ਹੈ, ਤੁਸੀਂ ਹਰ ਰੋਜ਼ ਦੇਖਦੇ ਹੋਵੋਗੇ, ਜਾ ਕੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਵੈਬਸਾਈਟ 'ਤੇ ਆਪਾਂ ਜਾ ਕੇ ਦੇਖ ਸਕਦੇ ਹਾਂ ਕਿ ਜਿਹੜਾ ਹਵਾ ਦਾ ਜਿਹੜਾ ਵਿੱਚ ਪ੍ਰਦੂਸ਼ਣ ਆ, ਉਹਦੀ ਮਾਤਰਾ ਲਗਾਤਾਰ, ਖਾਸ ਕਰਕੇ ਆਹ ਦਿਨਾਂ ਦੇ ਦੌਰਾਨ, ਇੰਨੀ ਵੱਧ ਜਾਂਦੀ ਆ ਕਿ ਅਗਰ ਆਪਾਂ ਇੱਕ ਜੋ ਸੂਖਮ ਆਪਣੇ ਲੈਂਜ ਹੁੰਦੇ ਨੇ ਉਹਨਾਂ ਦੇ ਰਾਹੀਂ ਦੇਖਾਂਗੇ, ਹਵਾ ਦਾ ਮਾਪਦੰਡ ਦੇਖਾਂਗੇ, ਤਾਂ ਆਪਾਂ ਹੈਰਾਨ ਰਹਿ ਜਾਵਾਂਗੇ ਕਿ ਆਪਾਂ ਇੱਦਾਂ ਦੇ ਵਾਤਾਵਰਨ ਦੇ ਵਿੱਚ ਕਿੱਦਾਂ ਜੀ ਰਹੇ ਹਾਂ। ਸੋ ਦੋਸਤੋ, ਆਪਾਂ ਆਓ ਇਹ ਜੋ ਪਰਾਲੀ ਸਾੜਨ ਦੀ ਜਿਹੜੀ ਪ੍ਰਥਾ ਹੈਗੀ ਹੈ, ਇਹਨੂੰ ਆਪਾਂ ਖੁਦ ਖਤਮ ਕਰਨ ਵਾਸਤੇ ਅੱਗੇ ਆਈਏ। ਅਤੇ ਇਹਦੇ ਵਾਸਤੇ ਜੇ ਆਪਾਂ ਖੁਦ ਅੱਗ ਨਹੀਂ ਲਾਉਂਦੇ, ਆਪਾਂ ਪਰ ਦੇਖਦੇ ਹਾਂ ਕਿ ਆਲੇ ਦੁਆਲੇ ਤੁਹਾਡੇ ਕੋਈ ਅੱਗ ਲਾਉਂਦਾ, ਕੋਈ ਨਾਲ ਦੇ ਪਿੰਡ ਦੇ ਵਿੱਚ ਅੱਗ ਲਾਉਂਦਾ ਜਾਂ ਹੋਰ ਲਾਉਂਦਾ, ਤਾਂ ਦੋਸਤੋ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਇਸ ਬਾਰੇ ਪ੍ਰਸ਼ਾਸਨ ਨੂੰ, ਸਰਕਾਰ ਨੂੰ ਸੂਚਨਾ ਦੇਈਏ। ਸੋ ਇਸ ਸੰਬੰਧੀ ਹੋਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 2-3 ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਨੇ, ਇਹ ਮੈਂ ਹੈਲਪਲਾਈਨ ਨੰਬਰ ਤੁਹਾਡੇ ਨਾਲ ਸ਼ੇਅਰ ਕਰਨ ਲੱਗਦਾ ਕਰ ਰਿਹਾ ਵਾਂ। ਇਹਦੇ ਵਿੱਚ ਜਦੋਂ ਕੋਈ ਤੁਹਾਨੂੰ ਪਰਾਲੀ ਸਾੜਨ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਸੂਚਨਾ ਮਿਲੇ, ਅਤੇ ਜਾਂ ਕੋਈ ਤੁਸੀਂ ਸੁਝਾਅ ਦੇਣਾ ਚਾਹੁੰਦੇ ਹੋਵੋ ਪਰਾਲੀ ਸਾੜਨ ਤੋਂ ਬਚਾਉਣ ਲਈ ਜਾਂ ਵਾਤਾਵਰਨ ਨੂੰ ਬਚਾਉਣ ਵਾਸਤੇ, ਜਿਹਦਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅੱਗੇ ਉਹਦੇ 'ਤੇ ਕੰਮ ਕਰ ਸਕਦਾ ਹੈ, ਤਾਂ ਤੁਸੀਂ ਇਹ 2 ਨੰਬਰ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਹਾਂ, ਤੁਸੀਂ ਇਹਨਾਂ 'ਤੇ ਸੂਚਨਾ ਜ਼ਰੂਰ ਦਿਓ। ਸੋ ਪਹਿਲਾ ਜੋ ਟੋਲ ਫਰੀ ਨੰਬਰ ਹੈ ਉਹ ਹੈ 1800-120-36-67। ਮੈਂ ਰਿਪੀਟ ਕਰਨ ਲੱਗਿਆ, ਟੋਲ ਫਰੀ ਨੰਬਰ ਹੈ 1800-120-36-67। ਇਸ ਤੋਂ ਇਲਾਵਾ ਵਟਸਐਪ ਨੰਬਰ ਹੈਗਾ
90 351 72 000 90 351 72 000। दोस्तों ये जो दो नंबर ने ये पंजाब प्रदूषण कंट्रोल बोर्ड वालों डेडिकेटडली जो पराली नूं अग लाउण दीआं साड़न दीआं घटनावां नूं कैप्चर करन वास्ते ये दो नंबर बनाए गए ने। ये दो नंबरां दे उत्ते तुसीं 14 दसंबर 2021 तक तुहानूं कोई भी अगर कोई इनफॉर्मेशन मिलदी है जां तुसीं कुछ सुझाव देना चाहुंदे हो तां वर्किंग डेज़ दे विच रोज़ाना तुसीं सवेरे 9 बजे तों लैके शाम नूं 6 बजे तक इन्हां नंबरां ते तुसीं चाहे टैलीफोनिकली चाहे वट्सएप ते तुसीं कोई सबूत भेज के अपना लैटर लिख के उन्हों स्कैन करके भेज दो जो वट्सएप नंबर हैगा ते तुहाडी ये जो तुसीं शिकायत दोगे जां तुसीं कोई सुझाव दोगे तो उहदे ते बकायदा पंजाब प्रदूषण कंट्रोल बोर्ड वल्लों कार्रवाई भी की जाऊगी ते नाल दी नाल जो तुसीं सुझाव वगैरह भेजोगे उन्हां ते अमल भी किया जाऊगा। सो दोस्तों ये साडी सारयां दी जिम्मेवारी बनती है कि अज आपां जो झोने की पराली आ उन्हूं आपां अग ला के ना साड़िए आपां अपनी धरती की उपजाऊ शक्ति नूं बचा के रखिए। जिहड़े इंसान बीमार ने उन्हां नूं साह की प्रॉब्लम है COVID-19 की प्रॉब्लम तो बंदा पीड़ित है तो उन्हां नूं आपां बचाउण वास्ते जिंदगी दे साह देण वास्ते इदां दे कदम आपां ना चकीए। सो धरती साडी माँ है इहनूं साडा बचाउणा साडा फर्ज है क्योंकि असी अज च नहीं जीना असी अपने कल के भविख में भी देखना अग अज अगर असी अगर ला ला के अपना काम सौखा करी जावांगे तो जिहड़ी धरती की उपजाऊ शक्ति वह कुछ सालों के अगले आने वाले सालों के बिल्कुल खत्म हो जाएगी तो साड़ी ये धरती हेठला पानी तो वैसे ही नीचे जा रहा है वो भी कितना कितने साड़ी जी उपजाऊ शक्ति है धरती की घट रही है। अगर असी साड़ अपने पराली या नाड़ नूं साड़ साड़ के ये जिहड़े मित्र कीड़े ने जां धरती के जिहड़े उपरली सतह दे विच जरूरी तत्त हुंदे ने अगर आपां ओह भी साड़ी जावांगे तां उहदे नाल साडा बहुत ज़्यादा नुकसान हो जाएगा। अगले कुछ सालों के मैं कोई सदियों की गल नहीं करता अगले कुछ सालों के समा आ जाएगा कि साड़ी ये धरती बंजर होया करेगी तो सानू जिहड़ियां चीज़ां अज असीं आप पैदा करते हैं वह सानू बाहरों मंगवा के खानियां पै करनगियां। सो दोस्तों उम्मीद करते हैं कि तुहानू ये वीडियो पसंद आई होएगी। असीं ये भी उम्मीद करते हैं कि तुसीं ये जानकारी है जो तुहाडे नाल दो नंबर शेयर किए ने तुसीं खुद भी अगर तो तुसीं कोई अग नाल संबंधित कोई घटना देखते हो जां कोई सुझाव देना तो तुसीं खुद भी ये दो नंबरां की वरतों करके इनफॉर्मेशन प्रशासन तक पहुँचाओगे इस तों अलावा होरां तक भी ये मैसेज पहुँचदा करोगे क्योंकि कोई ना कोई दलेर बंदा जरूर होएगा जो इन्हां दो नंबरां की वरतों करेगा तो दलेरी दे नाल प्रशासन के ध्यान दे विच ये मसला लेके आएगा। सो अज की इस वीडियो में इन्ना ही, तुहाडा बहुत बहुत धन्यवाद जी।